ਜੀਵਨ ਵੇਚਣ ਵਾਲੇ ਇਹਨਾਂ ਮੁਜਰਮਾਂ ਨੂੰ ਫੜ ਕੇ ਤੁਹਾਡੇ ਕੋਲ ਮੈਂ ਸਬੂਤ ਸੇਖ ਲੈ ਆਇਆ ਥਾਣੇਦਾਰ ਜੀ। ਹੁਣ ਇਹ ਪਤਾ ਕਰਨਾ ਤੁਹਾਡਾ ਕੰਮ ਹੈ ਕਿ ਇਹਨਾਂ ਨੂੰ ਹੀਰੋਇਨ ਸਪਲਾਈ ਕੌਣ ਕਰਦਾ ਹੈ। ਅਸਲਾਮ ਅਲੈਕੁਮ, ਹੱਸਦੇ ਰਹੋ ਵਸਦੇ ਰਹੋ, ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਅੰਜਮਨ ਦਾ ਸ਼ਾਨਦਾਰ ਕੰਮ ਔਰ ਸੁਲਤਾਨੇ ਦੀ ਇੱਕ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ। ਉਸ ਫਿਲਮ ਦਾ ਨਾਮ ਹੈ ਕਾਤਲ ਹਸੀਨਾ। 5 ਫਰਵਰੀ 1989 ਬਰੋਜ਼ ਜਮਾਂ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ। ਇਸ ਫਿਲਮ ਨੂੰ ਜ਼ਮਰ ਪਿਕਚਰ ਨੇ ਰਿਲੀਜ਼ ਕੀਤਾ ਸੀ ਔਰ ਇਹ ਫਿਲਮ ਜਿਹੜੀ ਹੈ ਯੂਟਿਊਬ 'ਤੇ ਮੌਜੂਦ ਨਹੀਂ ਹੈ। ਔਰ ਇਸ ਫਿਲਮ ਦੇ ਜਿਹੜੇ ਮਸ਼ਹੂਰ ਗਾਣੇ ਨੇ ਉਹ ਬੜੇ ਹੀ ਜ਼ਬਰਦਸਤ, 3-4 ਗਾਣੇ ਤਾਂ ਬਹੁਤ ਮਸ਼ਹੂਰ ਹੋਣ ਆਪਣੇ ਜ਼ਮਾਨੇ ਬੜੇ ਵਧੀਆ ਸੀ। ਕੋਕਾ ਮੈਂ ਪਾਇਆ ਮਾਇਆ, ਕੋਕਾ ਮੈਂ ਪਾਇਆ, ਮੈਂ ਤੈਨੂੰ ਇਹੋ ਜਿਹਾ ਪਿਆਰ ਕਰਾਂਗੀ, ਉੱਡਦਾ ਜਾਵੀਂ ਵੇ ਕਾਵਾਂ ਵੇ। ਅੱਛਾ, ਉਸ ਤੋਂ ਇਲਾਵਾ ਇਸ ਦੇ ਅੰਦਰ ਇੱਕ ਪੁਰਾਣਾ ਗਾਣਾ ਜਿਹੜਾ ਸੁਣ ਵੇ ਬਲੋਰੀ ਅੱਖ ਵਾਲਿਆ, ਜਿਹੜਾ ਅਨਵਰ ਫਿਲਮ ਦਾ ਬੜਾ ਮਸ਼ਹੂਰ ਗਾਣਾ ਸੀ, ਉਸਨੂੰ ਦੁਬਾਰਾ ਜਿਹੜਾ ਨਾ ਇਸ ਫਿਲਮ ਵਿੱਚ ਸ਼ਾਮਿਲ ਕੀਤਾ ਗਿਆ। ਇਹ ਕਹਾਣੀ ਹੈ ਇੱਕ ਮਸ਼ਹੂਰ ਵਕੀਲ ਦੀ, ਜਿਸਦੀ ਦੋ ਬੇਟੀਆਂ ਅਤੇ ਇੱਕ ਪੁੱਤਰ ਹੁੰਦੇ ਨੇ। ਸ਼ੇਰਾ ਜਿਹੜਾ ਆਉਂਦਾ ਹੈ ਉਸ ਸ਼ਹਿਰ ਦਾ ਮਸ਼ਹੂਰ ਸਮਗਲਰ, ਕਾਤਲ, ਡਕੈਤ ਔਰ ਮੁਲਕ ਦੁਸ਼ਮਣ ਹੁੰਦਾ ਹੈ ਔਰ ਉਹ ਉਸ ਵਕੀਲ ਦੇ ਕੋਲ ਆਉਂਦਾ ਹੈ ਕਿਉਂਕਿ ਉਸਨੇ ਕਤਲ ਕੀਤੇ ਹੁੰਦੇ ਨੇ ਅਤੇ ਉਹ ਉਸ ਵਕੀਲ ਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਵਕੀਲ ਦਾ ਜਿਹੜਾ ਕਿਰਦਾਰ ਹੈ ਅਦਾਕਾਰ ਇਕਬਾਲ ਦੁਰਾਨੀ ਨੇ ਅਦਾ ਕੀਤਾ ਹੈ ਅਤੇ ਜਿਹੜਾ ਸ਼ੇਰਾ ਉਸਦਾ ਕਿਰਦਾਰ ਅਦਾਕਾਰ ਇਲਿਆਸ ਕਸ਼ਮੀਰੀ ਨੇ ਅਦਾ ਕੀਤਾ ਹੈ। ਖੈਰ, ਉਹ ਜਿਹੜਾ ਵਕੀਲ ਹੁੰਦਾ ਹੈ ਉਹ ਸ਼ੇਰੇ ਨੂੰ ਗ੍ਰਿਫਤਾਰ ਕਰਾ ਦਿੰਦਾ ਹੈ, ਸ਼ੇਰਾ ਗ੍ਰਿਫਤਾਰ ਹੋ ਜਾਂਦਾ ਹੈ। ਉਸ ਤੋਂ ਬਾਅਦ ਕੁਛ ਦਿਨਾਂ ਬਾਅਦ ਸ਼ੇਰਾ ਆਉਂਦਾ ਹੈ ਔਰ ਆ ਕੇ ਵਕੀਲ ਨੂੰ ਕਤਲ ਕਰ ਦਿੰਦਾ ਹੈ ਔਰ ਉਹਦੇ ਘਰ 'ਤੇ ਵੀ ਹਮਲਾ ਕਰਦਾ ਹੈ ਔਰ ਇਸ ਹਮਲੇ ਦੇ ਦੌਰਾਨ ਉਹਦੀ ਬੀਵੀ ਔਰ ਉਹਦੇ ਜਿਹੜੀ ਦੋ ਬੱਚੀਆਂ ਆਉਂਦੀਆਂ ਨੇ ਔਰ ਬੱਚਾ ਉਹ ਜਾਨ ਬਚਾ ਕੇ ਫਰਾਰ ਹੋ ਜਾਂਦੇ ਨੇ ਔਰ ਜਿਸ ਤਰ੍ਹਾਂ ਤੁਸੀਂ ਹਰ ਫਿਲਮ ਹੀ ਵੇਖਿਆ ਵਿਛੜ ਜਾਂਦੇ ਨੇ। ਅੰਜਮਨ ਦਾ ਨਾਮ ਇਸ ਫਿਲਮ 'ਚ ਹਸੀਨਾ ਆਉਂਦਾ ਹੈ, ਜਦਕਿ ਉਹਦੀ ਜਿਹੜੀ ਭੈਣ ਹੈ ਰਾਣੀ, ਉਹ ਰਾਣੀ ਦਾ ਜਿਹੜਾ ਕਿਰਦਾਰ ਹੈ ਉਹ ਇੱਕ ਨਵੀਂ ਕੁੜੀ ਨੇ ਅਦਾ ਕੀਤਾ ਹੈ ਔਰ ਇਸ ਤਰ੍ਹਾਂ ਉਹ ਫਰਾਰ ਹੋ ਜਾਂਦੇ ਨੇ ਔਰ ਉਹਦਾ ਭਰਾ ਜਿਹੜਾ ਹੁੰਦਾ ਅਕਬਰ ਹੁੰਦਾ ਹੈ ਔਰ ਅਕਬਰ ਦਾ ਕਿਰਦਾਰ ਅਦਾਕਾਰ ਅਕਬਰ ਨੇ ਅਦਾ ਕੀਤਾ ਹੈ। ਖੈਰ, ਉਹ ਵਿਛੜ ਜਾਂਦੇ, ਮਾਂ ਔਰ ਪੁੱਤਰ ਅਲੈਦਾ ਹੋ ਜਾਂਦੇ ਨੇ ਔਰ ਇਹ ਦੋ ਭੈਣਾਂ ਅਲੈਦਾ ਹੋ ਜਾਂਦੀਆਂ ਹਨ। ਵਕਤ ਗੁਜ਼ਰ ਜਾਂਦਾ ਹੈ, ਸਭ ਵੱਡੇ ਹੋ ਜਾਂਦੇ ਨੇ। ਅੰਜਮਨ ਜਿਹੜੀ ਹੁੰਦੀ ਹੈ ਆਪਣੇ ਭੈਣ ਦੇ ਕਾਲਜ ਦੇ ਅਖਰਾਜਾਤ ਪੂਰੇ ਕਰਨ ਵਾਸਤੇ ਉਹ ਸ਼ੋਕੀਏ ਡਾਂਸ ਕਰਦੀ ਹੈ ਤਾਂ ਕਿ ਆਪਣੇ ਭੈਣ ਦੇ ਅਖਰਾਜਾਤ ਪੂਰੇ ਕਰ ਸਕੇ ਔਰ ਸ਼ੇਰਾ ਜਿਹੜਾ ਗੈਂਗ ਆਉਂਦਾ ਉਸਦੇ ਵਿੱਚ ਅਲਤਾਫ ਖਾਨ, ਅਮਾਇਓ ਕੁਰੈਸ਼ੀ, ਸਾਵਨ ਔਰ ਇਸ ਤਰ੍ਹਾਂ ਬਹੁਤ ਸਾਰੇ ਗੈਂਗਸਟਰ ਹੁੰਦੇ ਨੇ ਜਿਹੜਾ ਸ਼ੇਰਾ ਗਰੁੱਪ ਦੇ ਵਿੱਚ ਆਉਂਦੇ ਨੇ। ਸ਼ੇਰਾ ਗਰੁੱਪ ਮੁਲਕੀ ਕਤਲੋ ਗਾਰਤ ਕਰਵਾਉਂਦਾ, ਧਮਾਕੇ ਕਰਵਾਉਂਦਾ। ਸੁਲਤਾਨੀ ਨੇ ਸਿੰਘ ਦੇ ਅੰਦਰ ਅਨਵਰ ਦਾ ਕਿਰਦਾਰ ਅਦਾ ਕੀਤਾ ਹੈ ਜਿਹੜਾ ਕਿ ਇੱਕ ਬਦਮਾਸ਼ ਹੁੰਦਾ। ਤੁਸੀਂ ਆਮ ਫਿਲਮਾਂ ਵੇਖਿਆ ਹੋਏਗਾ ਕਿ ਉਹ ਬਦਮਾਸ਼ ਜਿਹੜਾ ਹੁੰਦਾ ਉਸਦੇ ਇਲਾਕੇ ਜਿੰਨੇ ਬੁਰੇ ਕੰਮ ਹੋ ਰਹੇ ਹੁੰਦੇ ਉਹਨਾਂ ਦੇ ਖਿਲਾਫ ਉੱਠਦਾ, ਉਹਨੂੰ ਜਿਹੜਾ ਸ਼ੇਰਾ ਹੁੰਦਾ ਉਹ ਉਹਨੂੰ ਗ੍ਰਿਫਤਾਰ ਕਰਵਾ ਦਿੰਦਾ। ਇਸ ਤਰ੍ਹਾਂ ਅਨਵਰ ਜੇਲ੍ਹ ਤੋਂ ਰਿਹਾਅ ਹੋ ਜਾਂਦਾ ਔਰ ਰਿਹਾਅ ਹੋ ਕੇ ਜਦੋਂ ਬਾਹਰ ਆਉਂਦਾ ਤਾਂ ਉਹਦੀ ਮੁਲਾਕਾਤ ਅੰਜਮਨ ਦੇ ਨਾਲ ਹੁੰਦੀ ਹੈ। ਅੰਜਮਨ ਜਿਸ ਮਕਾਨ ਵਿੱਚ ਰਹਿ ਰਹੀ ਹੁੰਦੀ ਹੈ ਉੱਥੇ ਉਹਨੂੰ ਆਪਣੇ ਖਾਵਣ ਚਾਹੀਦਾ ਤਾਂ ਕਿ ਉਹ ਮਕਾਨ ਮਾਲਕ ਨੂੰ ਦੱਸ ਸਕੇ ਕਿ ਉਹ ਸ਼ਾਦੀਸ਼ੁਦਾ ਹੈ
ਔਰ ਉਹ ਰਿਕੁਐਸਟ ਕਰਕੇ ਜਿਹੜਾ ਅਨਵਰ ਹੁੰਦਾ ਉਹਨੂੰ ਆਪਣੇ ਨਾਲ ਰੱਖ ਲੈਂਦੀ ਹੈ। ਇਸ ਤਰ੍ਹਾਂ ਉਹਨਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਹੋ ਜਾਂਦਾ ਹੈ। ਆਪਣੇ ਚਾਰ ਚੁਫੇਰੇ ਲੱਗੀਆਂ ਹੋਈਆਂ ਅੱਗਾਂ ਨੂੰ ਵੇਖ ਓਏ, ਮੈਂ ਕਿਹਾ ਸੀ ਨਾ ਸਾੜ ਕੇ। ਅਕਬਰ ਨੇ ਇਸ ਫਿਲਮ ਦੇ ਅੰਦਰ ਡਿਪਟੀ ਦਾ ਕਿਰਦਾਰ ਅਦਾ ਕੀਤਾ, ਜਿਹੜਾ ਵੱਡਾ ਹੋ ਕੇ ਡਿਪਟੀ ਬਣ ਜਾਂਦਾ ਔਰ ਇੱਕ ਇਮਾਨਦਾਰ ਔਰ ਅੱਛਾ ਪੁਲਿਸ ਆਫਿਸਰ ਹੁੰਦਾ। ਅੰਜਮਨ ਦੀ ਜਿਹੜੀ ਭੈਣ ਹੁੰਦੀ ਰਾਣੀ, ਉਹ ਡੋਨੇਸ਼ਨ ਲੈਣ ਜਾਂਦੀ ਹੈ ਸ਼ੇਰਾ ਗਰੁੱਪ ਦੇ ਮੈਂਬਰਾਂ ਕੋਲੋਂ। ਉਹਦੇ ਸਾਥੀ ਹੁੰਦੇ ਅਲਤਾਫ ਖਾਨ ਔਰ ਉਹਦੇ ਸਾਥੀ ਹੁੰਦੇ ਨੇ, ਉਹਨਾਂ ਤਾਂ ਉਹਦੇ ਦਿਲ ਆ ਜਾਂਦਾ ਹੈ। ਉਹਨੂੰ ਸ਼ਾਦੀ ਵਾਲੇ ਦਿਨ, ਸ਼ਾਦੀ ਵਾਲੇ ਜਦ ਉਹਨੂੰ ਰਾਣੀ ਦੀ ਸ਼ਾਦੀ ਹੁੰਦੀ ਹੈ, ਉਹ ਅਸੀਨਾ ਨੂੰ ਗ੍ਰਿਫਤਾਰ ਕਰਵਾ ਕੇ ਰਾਣੀ ਨੂੰ ਚੁੱਕ ਕੇ ਲਿਆਉਂਦੇ ਨੇ, ਉਸਦੀ ਇੱਜ਼ਤ ਲੈਂਦੇ ਨੇ ਔਰ ਉਹਨੂੰ ਕਤਲ ਕਰ ਦਿੰਦੇ ਨੇ। ਔਰ ਇਸ ਵਿੱਚ ਜਿਹੜੀ ਆਉਂਦੀ ਹੈ ਅੰਜਮਨ, ਉਹ ਕਾਤਲ ਅਸੀਨਾ ਬਣ ਜਾਂਦੀ ਹੈ ਔਰ ਮੁਖਤਲਿਫ ਜਿਹੜਾ ਨਾ ਜਿਹੜੇ ਉਹਦੇ ਦੁਸ਼ਮਣ ਹੁੰਦੇ ਨੇ ਉਹਨਾਂ ਕੋਲੋਂ ਕਤਲ ਇੱਕ ਇੱਕ ਕਰਕੇ ਉਹਨਾਂ ਕੋਲੋਂ ਬਦਲੇ ਲੈਂਦੀ ਹੈ। ਖੈਰ ਅਨਵਰ ਖਾਨ ਵੀ ਅਚਾਨਕ ਫਿਲਮ ਵਿੱਚੋਂ ਗਾਇਬ ਹੋ ਜਾਂਦਾ, ਪਤਾ ਨਹੀਂ ਕਿੱਧਰ ਜਾਂਦਾ ਔਰ ਫਿਰ ਅਚਾਨਕ ਆ ਜਾਂਦਾ। ਉਹਦੀ ਮੁਲਾਕਾਤ ਅਸੀਨਾ ਦੇ ਨਾਲ ਹੁੰਦੀ ਹੈ। ਉਹਨੇ ਵੀ ਅਨਵਰ ਨੇ ਵੀ ਗਰੋਹ ਜੁਆਇਨ ਕੀਤਾ ਹੁੰਦਾ, ਜਿਸ ਤਰ੍ਹਾਂ ਉਹ ਸਰਬਰਾ ਹੁੰਦਾ ਔਰ ਜਿਹੜਾ ਉਹਦੇ ਕਾਤਲ ਹੁੰਦੇ ਨੇ ਉਹਦੀ ਭੈਣ ਦੇ, ਉਹ ਜਾ ਕੇ ਅਨਵਰ ਨੂੰ ਬਿਆਨਾ ਦਿੰਦੇ ਨੇ ਕਿ ਤੂੰ ਸਾਡੀ ਹਿਫਾਜ਼ਤ ਕਰੇ। ਅੰਜਮਨ ਦੇ ਨਾਲ ਉਹਦੀ ਮੁਲਾਕਾਤ ਹੁੰਦੀ, ਉਹ ਸਾਰੀ ਕਹਾਣੀ ਉਹਨੂੰ ਸੁਣਾਉਂਦੀ, ਉਹ ਦੁਬਾਰਾ ਫਿਰ ਮਿਲ ਜਾਂਦੇ ਨੇ। ਇੱਧਰ ਜਿਹੜਾ ਅਕਬਰ ਹੁੰਦਾ, ਅਕਬਰ ਅਤੇ ਅਸੀਨਾ ਦੀ ਮੁਲਾਕਾਤ ਹੋ ਜਾਂਦੀ ਹੈ। ਉੱਥੋਂ ਡਾਇਲੋਗ ਬਾਜ਼ੀ ਜਦੋਂ ਆਉਂਦੀ ਹੈ ਅਤੇ ਅਸੀਨਾ ਨੂੰ ਪਤਾ ਚੱਲਦਾ ਹੈ ਉਹਦਾ ਵੀਰ ਹੈ, ਉੱਥੇ ਉਹਦੀ ਮਾਂ ਦੇ ਨਾਲ ਮੁਲਾਕਾਤ ਹੋਊਗੀ। ਇਸ ਤਰ੍ਹਾਂ ਕਰਕੇ ਅਜੀਬ ਕੋਈ ਉਲਝੀ ਹੋਈ ਕਹਾਣੀ ਹੈ। ਔਰ ਜਿਹੜਾ ਸ਼ੇਰਾ ਹੁੰਦਾ, ਸ਼ੇਰੇ ਨੇ ਆਪਣਾ ਠਿਕਾਣਾ ਜਿਹੜਾ ਹੁੰਦਾ ਇੱਕ ਜਜ਼ੀਰੇ ਦੇ ਅੰਦਰ ਰੱਖਿਆ ਹੁੰਦਾ। ਅਕਬਰ ਜਿਹੜਾ ਹੁੰਦਾ ਆਪਣੇ ਪਿਓ ਦੇ ਔਰ ਭੈਣ ਦੇ ਕਤਲ ਦਾ ਬਦਲਾ ਲੈਣ ਵਾਸਤੇ ਪੁਲਿਸ ਦੀ ਨੌਕਰੀ ਛੋੜ ਦਿੰਦਾ ਔਰ ਸਾਰੇ ਮਿਲ ਕੇ ਉਸ ਜਜ਼ੀਰੇ 'ਤੇ ਰੇਡ ਕਰਦੇ ਨੇ ਔਰ ਉਸ ਗਰੋਹ ਨੂੰ ਖਤਮ ਕਰਦੇ ਨੇ। ਅੰਜਮਨ ਆਪਣੀ ਗ੍ਰਿਫਤਾਰੀ ਦੇਣਾ ਚਾਹੁੰਦੀ ਹੈ, ਲੇਕਿਨ ਪੁਲਿਸ ਨੂੰ ਕਹਿੰਦੀ ਹੈ ਕਿ ਇਹ ਚੂੰਕਿ ਇਹ ਇਹਨਾਂ ਉੱਤੇ ਇਨਾਮ ਮੁਕਰਰ ਸੀ ਇਸ ਵਾਸਤੇ ਤੈਨੂੰ ਗ੍ਰਿਫਤਾਰ ਕਰਨ ਜਾਏ ਤੈਨੂੰ ਇਨਾਮ ਦਿੱਤਾ ਜਾਏਗਾ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ। ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।